ਤੁਹਾਨੂੰ ਪਤਾ ਹੀ ਹੈ ਜੀ ਕਿ ਜੋਤੀ ਨੂਰਾ ਜੀ, ਮੈਂ 2 ਸਾਲ ਤੋਂ ਕੁਛ ਵੀ ਮੈਂ ਬੋਲਿਆ ਵੀ ਨਹੀਂ, ਨਾ ਮੈਂ ਬੋਲਣਾ ਚਾਹੁੰਦਾ ਸੀ ਕਿ ਜਿਹੜਾ ਆਪਣੀ ਲਾਈਫ 'ਚ ਜਿੱਦਾਂ ਕੁਛ ਹੈਗਾ ਠੀਕ ਆ, ਪਰ ਥੋੜ੍ਹੇ ਦਿਨਾਂ ਤੋਂ ਹੀ ਕੰਟੀਨਿਊਸਲੀ ਕਰ ਰਹੇ, ਕਦੀ ਕੁਛ ਕਦੀ ਕੁਛ, ਮੈਨੂੰ ਨਹੀਂ ਪਤਾ ਕੀ ਪਲਾਨ ਕਰਦੇ ਪਏ ਸੀ ਇਹ। ਤਾਂ ਅੱਜ ਇਹਨਾਂ ਦੀ ਕਾਲ ਆਉਂਦੀ ਆ ਕਿ ਕਿੱਥੇ ਆ ਤੂੰ, ਮੈਂ ਕਿਹਾ ਮੈਂ ਫਲੋਰ, ਕਹਿੰਦੀ ਤੂੰ ਹੁਣੀ ਆਏਂਗਾ ਜਲੰਧਰ? ਭਾਅ ਜੀ ਪਰਿਵਾਰ ਬਚਾਉਣ ਲਈ ਪੰਕਜ ਭਾਅ ਜੀ ਕੌਣ ਨਹੀਂ ਕੁਛ ਕਰਦਾ, ਤੁਸੀਂ ਮੈਨੂੰ ਦੱਸੋ। ਹੁਣ ਇੱਕੋ ਦਮ ਕਾਲ ਆਈ, ਜੇ ਮੇਰੇ ਦਿਲ 'ਚ ਕੁਛ ਏਦਾਂ ਦਾ ਹੋਵੇ ਵੀ ਜੋਤੀ ਨੇ ਮੇਰੇ ਨਾਲ ਗਲਤ ਕਰਨਾ ਜਾਂ ਕੁਛ ਹੈ, ਤੇ ਮੈਂ ਇਕੱਲਾ ਕਦੀ ਵੀ ਨਾ ਆਉਂਦਾ ਭਾਅ ਜੀ, ਕਦੀ ਵੀ ਨਾ ਆਉਂਦਾ। ਮੈਂ ਫਿਰ ਵੀ ਸਭ ਕੁਛ ਭੁਲਾ ਕੇ ਮੈਂ ਆਇਆ। ਔਰ ਭਾਅ ਜੀ ਇਹਨੇ ਮੈਨੂੰ ਵਿਧੀਪੁਰ ਰੋਡ ਤੇ ਬੁਲਾਇਆ, ਫਲਾਈਓਵਰ ਦੇ ਕੋਲ ਸੁਨਮ ਸਾਂਝ। ਮੈਂ ਜਦੋਂ ਵਿਧੀਪੁਰ ਚੌਂਕ ਦੇ ਵਿੱਚ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹਨਾਂ ਦੀਆਂ ਦੋਨੋਂ ਗੱਡੀਆਂ ਖੜੀਆਂ, ਕਿ ਇਹ ਕਿਸੇ ਪਲਾਨ 'ਚ ਮੈਨੂੰ ਬੁਲਾ ਰਹੇ ਆ। ਔਰ ਭਾਅ ਜੀ ਮੈਂ ਪਿੱਛੋਂ ਹੀ ਜਿਹੜਾ ਵਿਧੀਪੁਰ ਵਾਲਾ ਡਿਵਾਈਡਰ ਆ ਨਾ, ਮੈਂ ਉੱਥੋਂ ਹੀ ਯੂ ਟਰਨ ਲੈ ਕੇ ਤੇ ਮੈਂ ਵਾਪਿਸ ਹੋਣ ਲੱਗਾ, ਤੇ 4 ਬੰਦੇ ਇਹਨਾਂ ਨੇ I-20 ਗੱਡੀ ਦੇ ਵਿੱਚ ਖੜੇ ਕੀਤੇ ਹੋਏ, ਉਹ ਚੋਰ ਚੱਕੇ ਜੇ ਜਿਹੜੇ ਨਾਲੇ ਲਈ ਫਿਰਦੇ, ਕੋਈ ਫੀਮ ਵੇਚਣ ਵਾਲਾ, ਕੋਈ ਕੁਛ ਵੇਚਣ ਵਾਲਾ, ਸਭ ਮਤਲਬ ਸਭ ਦਾ ਹੁਣ ਹੋਊਗਾ ਨਵੇੜਾ, ਇੱਦਾਂ ਨਹੀਂ ਜਾਂਦੇ ਹੁਣ ਇਹ। ਤੇ ਉਹ ਬੰਦਿਆਂ ਨੇ ਨਾ ਮੇਰਾ ਇੱਦਾਂ ਕਾਰ ਰੋਕ ਕੇ, 4 ਜਣਿਆਂ ਨੇ ਮੇਰਾ ਕੜਾ ਫੜਿਆ, ਆ ਦੇਖੋ ਕੜਾ ਫੜਿਆ, ਤੇ ਕੜੇ ਤੋਂ ਫੜ ਕੇ ਕਹਿੰਦੇ ਅਸੀਂ CA ਸਟਾਫ ਤੋਂ ਆ, ਤੇ 4ਾਂ ਨੇ ਪਿਸਟਲਾਂ ਰੱਖ ਦਿੱਤੀਆਂ ਮੇਰੇ ਤੇ। ਮੈਂ ਉੱਥੋਂ ਭਾਜੀ ਕੜਾ ਕਿਸੇ ਤਰ੍ਹਾਂ ਛਡਾ ਕੇ, ਮੇਰੇ ਗੁੱਟ ਵੀ ਛਿੱਲਿਆ ਗਿਆ ਸਾਰਾ, ਤੇ ਮੈਂ ਗੱਡੀ ਨਠਾਈ, ਇਹਨਾਂ ਨੇ ਭਾਜੀ ਪਠਾਨਕੋਟ ਫਲਾਈਓਵਰ ਦੇ ਕੋਲ ਆ ਕੇ ਨਾ, ਉੱਥੋਂ ਫੋਰਚੂਨਰਾਂ ਵੀ ਰਲ ਗਈਆਂ ਤੇ I-20 ਵੀ ਰਲ ਗਈ, ਇਹਨਾਂ ਨੇ ਮੇਰੀ ਗੱਡੀ 'ਚ ਗੱਡੀਆਂ ਮਾਰੀ। ਕਿੰਨੀ ਵਾਰ ਮੈਂ ਕਦੀ ਅੱਗੇ ਹੋਵਾਂ ਕਦੀ ਪਿੱਛੇ ਹੋਵਾਂ, ਵਿਧੀਪੁਰ ਤੋਂ ਲੈ ਕੇ ਤੇ ਮੈਨੂੰ ਲੱਗਦਾ ਕਿ ਮਕਸੂਦਾ ਵੀ ਪੁੱਲ ਟੱਪ ਗਏ ਸੀ ਅਸੀਂ, ਪਠਾਨਕੋਟ ਚੋਂ ਵੀ ਟੱਪ ਗਏ ਸੀ ਅਸੀਂ। ਤਾਂ ਇਹਨਾਂ ਨੇ ਉੱਥੇ ਤੱਕ ਮੇਰੇ ਮਗਰ ਗੱਡੀ, ਜਦੋਂ ਇਹਨਾਂ ਨੇ ਹੁਸ਼ਿਆਰ ਪਠਾਨਕੋਟ ਚੌਂਕ ਟੱਪਦੇ ਮੇਰੇ 'ਚ ਗੱਡੀ ਮਾਰੀ ਨਾ, ਤੇ ਟਾਇਰ ਸਾਰਾ ਬਲਾਸਟ ਹੋ ਗਿਆ। ਉਹ ਜਿੰਨੀ ਦੂਰ ਤੱਕ ਜਾ ਸਕਿਆ ਮੈਂ ਉਨੀ ਦੂਰ ਤੱਕ ਕਾਰ ਲੈ ਕੇ ਗਿਆ ਰਿਮ ਦੇ ਉੱਪਰ ਹੀ। ਇਹਨਾਂ ਨੇ ਭਾਅ ਜੀ ਉੱਥੇ ਜਿੱਥੇ ਮੇਰੀ ਗੱਡੀ ਰੁਕ ਗਈ, ਇਹਨਾਂ ਨੇ 3 ਗੱਡੀਆਂ ਰੁਕੀਆਂ ਆਪਣੀਆਂ, ਜੋਤੀ ਨੂਰਾਂ ਜੀ ਆ ਵਿੱਚ, ਅਵਿਨਾਸ਼ ਕੁਮਾਰ ਅਭੀ ਜਿਹਨੂੰ ਹੁਣ ਜੋਤੀ ਨੂਰਾਂ ਨੇ ਬਣਾਇਆ ਹੋਇਆ, ਉਸਮਾਨ, ਸਭ ਝੂਠ, ਸਭ ਝੂਠ, ਇਹਦੇ ਸਾਰੇ ਕੰਮ ਝੂਠ ਕੁੜੀ ਦੇ। ਤੇ ਔਰ ਨਾਲ ਜਿਹੜੇ ਇਹਨਾਂ ਨੇ ਪਤੰਦਰ ਰੱਖੇ ਹੋਏ ਨੇ ਵੱਡੇ ਬਦਮਾਸ਼, 10-10 ਜਾਣੇ, 8-8 ਜਾਣੇ, ਇਕੱਲੇ ਬੰਦੇ ਨੂੰ ਘੇਰਦੇ ਨਾ ਪੁੱਤ, ਵਕਤ ਤੁਹਾਨੂੰ ਹੁਣ ਦੱਸੂਗਾ। ਤੁਹਾਨੂੰ ਮੈਂ 2 ਸਾਲਾਂ ਤੋਂ ਕੁਛ ਨਹੀਂ ਕਿਹਾ, ਔਰ ਤੁਸੀਂ ਸਾਰੇ ਗੰਦ ਦੇ ਭਰੇ ਹੋਏ ਹੋ, ਇਲਜ਼ਾਮ ਦੂਜਿਆਂ ਤੇ ਲਾਉਂਦੇ ਹੋ ਨਾ, ਇੱਕ ਬੰਦਾ ਵੀ ਤੁਹਾਡੇ ਵਿੱਚੋਂ ਸਾਲੇ ਰੱਬ ਨੂੰ ਮੰਨਣ ਵਾਲਾ ਨਹੀਂ, ਆ ਵਿੱਚ ਹੀ ਆ ਤੁਹਾਡੀ ਜੋਤੀ ਨੂਰਾਂ ਵੀ। ਹੁਣ ਨਹੀਂ ਮੈਂ ਡਰਦਾ ਜੋਤੀ ਨੂਰਾਂ ਤੇਰੇ ਤੋਂ। ਭਾਜੀ ਜਦੋਂ ਗੱਡੀ ਉੱਥੇ ਮੇਰੀ ਰੁਕ ਗਈ ਬਲਾਸਟ ਹੋਣ ਤੋਂ ਬਾਅਦ, ਟਾਇਰ ਬਲਾਸਟ ਹੋ ਗਏ, ਉੱਥੋਂ ਇਹਨਾਂ ਨੇ 8 ਜਣਿਆਂ ਨੇ ਮੈਨੂੰ ਇੰਨਾ ਕੁ ਕੁੱਟਿਆ ਭਾਜੀ, ਆਪਣੇ ਵੱਲੋਂ ਤਾਂ ਇਹਨਾਂ ਨੇ ਮੈਨੂੰ ਮਾਰ ਦਿੱਤਾ, ਮਾਰ ਕੇ ਇਹਨਾਂ ਨੇ ਆਪਣੇ ਵੱਲੋਂ 8-9 ਜਣਿਆਂ ਨੇ ਮੈਨੂੰ ਗੱਡੀ 'ਚ ਆਪਣੀ ਦੇ ਵਿੱਚ ਜਿਹੜੀ ਇਹਨਾਂ ਦੀ I-20 ਉਹ 'ਚ ਚੱਕ ਕੇ ਸਿੱਟ ਲਿਆ। ਔਰ ਜਦੋਂ ਭਾਜੀ ਇਹ ਚੱਕ ਕੇ ਸਿੱਟ ਕੇ ਨਾ ਰੋਂਗ ਸਾਈਡ ਖੂਹ ਤੇ ਲੈ ਕੇ ਚੱਲਦੇ ਇਹਨੂੰ, ਇੱਧਰ ਲੈ ਕੇ ਚੱਲਦੇ ਇਹਨੂੰ, ਤੇ ਇਹਨਾਂ ਨੇ ਜਦੋਂ ਨਾ ਮੈਨੂੰ ਚੱਕ ਕੇ ਸਿੱਟ ਕੇ, ਉਧਰੋਂ PCR ਦੀ ਗੱਡੀ ਆ ਗਈ, ਕੁਦਰਤੀ ਜਿੱਦਾਂ ਮੇਰੀ ਕਿਸਮਤ ਜਾਂ ਸੰਗਤ ਦੀਆਂ ਦੁਆਵਾਂ, ਉਹ PCR ਦੀ ਗੱਡੀ ਆਉਂਦੀ ਦੇਖ ਕੇ ਨਾ ਭਾਜੀ ਇਹਨਾਂ ਦਾ ਦਿਮਾਗ ਟਨਕ ਗਿਆ ਕਿ ਉਹਨਾਂ ਨੇ ਹੁਣ ਦੇਖ ਲਿਆ ਵਾ, ਔਰ ਇਹਦੀ ਗੱਡੀ ਇੱਥੇ ਡੈਮੇਜ ਹੋਈ ਖੜੀ ਆ, ਤੇ ਪੁਲਿਸ ਕਾਰਵਾਈ ਕਰੂਗੀ, ਤੇ ਨਹੀਂ ਤਾਂ ਇਹਨਾਂ ਨੇ ਭਾਜੀ ਕੁਛ ਨਹੀਂ ਪਤਾ ਲੱਗਣ ਦੇਣਾ ਸੀ। ਇਹਨਾਂ ਨੇ ਉਸੇ ਟਾਈਮ ਗੱਡੀ ਵਿਧੀਪੁਰ ਵੱਲੋਂ ਵਾਪਿਸ ਲੈ ਕੇ ਤੇ ਮਕਸੂਦਾ ਥਾਣੇ 'ਚ ਲਿਆ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ PCR ਦੇਖ ਚੁੱਕੇ ਆ ਭਾਜੀ। ਮਤਲਬ ਕਿ ਯਾਰ ਇੱਕ ਸੂਫੀ ਆਰਟਿਸਟ ਹੋ ਕੇ ਤੁਸੀਂ ਇਹ ਕੁਛ ਕਰਦੇ ਪਏ ਹੋ ਨਾ, ਮੈਨੂੰ ਤਾਂ ਕੋਈ ਗੱਲ ਨਹੀਂ, ਮੈਨੂੰ ਤਾਂ ਜਦ ਤੱਕ ਮੌਤ ਨਹੀਂ ਲਿਖੀ ਤਾਂ ਮੈਨੂੰ ਆਉਣੀ ਵੀ ਨਹੀਂ ਆ। ਤੁਸੀਂ ਬਹੁਤ 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 ਟਰਾਈਆਂ ਕੀਤੀਆਂ, ਮੈਂ ਕੁਛ ਨਹੀਂ ਬੋਲਿਆ,
ਤੂੰ ਬਹੁਤ ਕੁਛ ਬੋਲੀ ਜੋਤੀ, ਬਹੁਤ ਕੁਛ ਬੋਲੀ ਤੂੰ। ਰਾਮਾ ਮੰਡੀ ਥਾਣੇ ਚ ਭਾਜੀ ਪਹਿਲਾਂ ਇਹ ਮੈਨੂੰ ਮਕਸੂਦਾ ਲੈ ਗਏ ਨਾ ਚੱਕ ਕੇ, ਕਿਉਂਕਿ ਗੱਡੀ ਆਪਣੀ ਰਾਮਾ ਮੰਡੀ ਦੇ ਕੋਲ ਖਿਸੜਕੀ ਸੜਕੀ ਆ ਗਈ ਸੀ ਨਾ, ਤਾਂ ਕਰਕੇ ਫਿਰ ਉਹ ਕੇਸ ਇੱਥੇ ਉਹਨਾਂ ਨੇ ਲਿਆਂਦਾ ਵਾ ਰਾਮਾ ਮੰਡੀ ਦੇ ਵਿੱਚ। ਹੁਣ ਮੈਂ ਬਿਆਨ ਦਿੱਤੇ ਨੇ, ਮੈਂ MLR ਕਟਵਾਉਣ ਲੱਗਾ ਹਾਂ। ਤੇ ਭਾਜੀ ਬਾਕੀ ਸੰਗਤ ਤੁਹਾਨੂੰ ਸਾਰਾ ਕੁਛ ਪਤਾ ਹੈ ਕੌਣ ਝੂਠ ਹੈ ਕੌਣ ਸੱਚ ਹੈ। ਤੇ ਔਰ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ, ਜਿਹੜਾ ਜੋ ਕੋਈ ਗਾਉਂਦਾ ਪਿਆ ਨਾ ਉਹ ਦਿਲ ਤੋਂ ਹੈ ਨਹੀਂ। ਔਰ ਮੈਂ ਕਲਾਕਾਰ ਭਰਾ ਫਕੀਰ ਭਰਾ ਬਹੁਤ ਜਲਦੀ ਤੁਹਾਡੇ ਮੂਹਰੇ ਬਹੁਤ ਕੁਛ ਏਦਾਂ ਦਾ ਲੈ ਕੇ ਆਊਂਗਾ ਕਿ ਸ਼ਾਇਦ ਮੁੜ ਕੇ ਤੁਸੀਂ ਸ਼ਕਲ ਵੀ ਨਾ ਦੇਖੋ ਕਿਸੇ ਦੀ। ਇਹ ਸਭ ਗੱਲਾਂ ਹੀ ਨੇ, ਸਭ ਗੱਲਾਂ ਹੀ ਨੇ। ਜਿਹੜੇ ਸੱਚੀ ਦੇ ਸੂਫੀ ਹੋਏ ਨੇ ਨਾ, ਉਹਨਾਂ ਨੇ ਕੀੜੀਆਂ ਵੀ ਨੀ ਮਾਰੀਆਂ, ਕਦੀ ਕੀੜੀ ਨੂੰ ਵੀ ਨੀ ਨੁਕਸਾਨ ਹੋਣ ਦਿੱਤਾ। ਇਹ ਤਾਂ ਦਿਲਾਂ ਨਾਲ ਖੇਡਦੇ ਫਿਰਦੇ ਨੇ। ਮੈਂ ਜੀ ਐਸ ਆਈ ਜਰਮਨਜੀਤ ਥਾਣਾ ਰਾਮਾ ਮੰਡੀ ਤੋਂ। ਇੱਕ PCR ਦਾ ਫੋਨ ਆਇਆ PCR ਟੀਮ ਦਾ, ਤੇ ਇੱਕ ਨਾ ਕਨਾਲ ਪਾਸੀ ਸਿੰਗਰ ਆ ਜਿਹੜੇ, ਉਹਨਾਂ ਨੂੰ ਨਾ ਇੱਥੇ ਮਤਲਬ ਲੰਮਾ ਪਿੰਡ ਫਲਾਈਓਵਰ ਤੇ ਉੱਥੇ ਮਤਲਬ 3-4 ਲੜਕੇ ਆਖਣ ਡੇ ਵੀ ਗੱਡੀ ਦੇ ਵਿੱਚ ਮਤਲਬ ਘੇਰ ਕੇ ਕੁੱਟਮਾਰ ਕਰ ਰਹੇ ਆ। ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਉੱਥੇ ਉਹ ਦੋਵੇਂ ਧਿਰਾਂ ਨੂੰ ਮਿਲ ਗਈਆਂ ਅਸੀਂ, ਕਨਾਲ ਪਾਸੀ ਅਤੇ ਉਹਦੀ ਜਿਹੜੀ ਪਹਿਲਾਂ ਵਾਈਫ ਜੋਤੀ ਨੂਰਾ, ਅਤੇ ਦੋਵਾਂ ਧਿਰਾਂ ਨੇ ਸਾਨੂੰ ਦਰਖਾਸਤਾਂ ਦੇ ਦਿੱਤੀਆਂ ਅਤੇ ਜੋ ਵੀ ਇਹਦੀ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ। ਕਨਾਲ ਪਾਸੀ ਵੱਲੋਂ ਇਹੋ ਵੀ ਮੈਨੂੰ ਇਹਨਾਂ ਨੇ ਬੁਲਾ ਕੇ ਇੱਥੇ ਵਿਧੀਪੁਰ ਕੋਲ, ਅਤੇ ਇਹਨਾਂ ਨੇ ਮੇਰੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਗੱਡੀ ਨੂੰ ਹਿੱਟ ਕੀਤਾ। ਜੋਤੀ ਨੂਰਾ ਵੱਲੋਂ ਵੀ ਇਹੋ ਹੈ ਵੀ ਮੈਨੂੰ ਇਹਨਾਂ ਨੇ ਬੁਲਾਇਆ ਅਤੇ ਮੇਰੀਆਂ ਇਹ ਵੀਡੀਓ ਮਤਲਬ ਬਣਾ ਕੇ ਅਤੇ ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਤਲਬ ਫੋਨ 'ਤੇ ਅਪਲੋਡ ਕਰਨ ਦੀ। ਕਨਾਲ ਪਾਸੀ ਜਿਹੜਾ ਉਹ ਮੈਡੀਕਲ ਕਰਾਉਣ ਗਏ ਆ, ਜੋ ਵੀ ਕਾਰਵਾਈ ਆ ਉਸ ਤਰ੍ਹਾਂ ਧਿਆਨ ਚ ਲਿਆ ਕੇ ਆਉਣ ਤੇ ਲਿਆਂਦੀ।